ਸਾਡੀ ਜ਼ਿੰਦਗੀ ਦੇ ਵਿੱਚ ਹਰ ਪਲ ਪਲ ਤੇ ਹਰ ਘੜੀ ਤੇ ਪਿਤਾ ਜੀ ਨੇ ਕ੍ਰਿਸ਼ਮਾ ਕੀਤਾ, ਰਹਿਮਤਾਂ ਕੀਤੀਆਂ। ਬਟ ਮੇਰਾ ਇੱਕ ਸੁਪਨਾ ਸੀਗਾ ਬਾਹਰ ਜਾਣ ਦਾ, ਮੇਰੇ ਮਾਂ ਪਿਓ ਦਾ ਮੇਰਾ ਸੁਪਨਾ ਸੀਗਾ ਬਾਹਰ ਜਾਣ ਦਾ, ਪਿਓ ਨਾਲ ਮੇਰੇ ਸਾਰੇ ਪਰਿਵਾਰ ਦੇ ਪਿਤਾ ਜੀ ਮੇਰ ਪਰ ਹੱਥ ਰੱਖਣ। ਸਵਾਗਤ ਹੈ ਰਹਿਮਤ ਮੁਰਸ਼ਦ ਦੇ ਅਗਲੇ ਅਧਿਆਇ ਦੇ ਵਿੱਚ। ਮੇਰੇ ਨਾਲ ਇੱਕ ਹੋਰ ਸਤਸੰਗੀ ਭਾਈ ਜੁੜਿਆ, ਇਹ ਵੀ ਆਪਣੇ ਅਨੁਭਵ ਆ ਜੋ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ, ਤਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਅਨੁਭਵ ਨੇ ਤੁਹਾਡੇ ਕੀ ਨਾਮ ਆ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ, ਮੈਂ ਬਲਾਕ ਜੈਤੋ ਪੰਜਾਬ ਸੇ ਆਇਆ ਹਾਂ। ਅਸੀਂ ਬਹੁਤ ਟਾਈਮ ਤੋਂ ਡੇਰੇ ਸੱਚੇ ਸੌਦੇ ਨਾਲ ਜੁੜੇ ਹਾਂ ਜੀ, ਅਤੇ ਵੈਸੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਹਰ ਪਲ ਪਲ ਅਤੇ ਹਰ ਘੜੀ 'ਤੇ ਪਿਤਾ ਜੀ ਨੇ ਕ੍ਰਿਸ਼ਮਾ ਕੀਤਾ, ਰਹਿਮਤਾਂ ਕੀਤੀਆਂ, ਸਾਡੇ ਪਰਿਵਾਰ ਨੂੰ ਦਿਨ ਦੁੱਗਣਾ ਚੌਗਣੀ ਤਰੱਕੀ ਬਖਸ਼ੀ ਹੈ। ਤਾਂ ਅਸੀਂ ਅੱਜ ਕੱਲ੍ਹ ਦੁਨੀਆ ਦੇ ਵਿੱਚ ਬਹੁਤ ਅੰਧ ਵਿਸ਼ਵਾਸ ਫੈਲੇ ਹੋਏ ਨੇ, ਤਾਂ ਸਾਡਾ ਦ੍ਰਿੜ ਵਿਸ਼ਵਾਸ ਹੈ ਸਾਡੇ ਸਤਿਗੁਰੂ 'ਤੇ, ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਖੁਸ਼ੀਆਂ ਨਾਲ ਝੋਲੀਆਂ ਭਰੀਆਂ। ਤਾਂ ਜੇ ਅਸੀਂ ਕ੍ਰਿਸ਼ਮਿਆਂ ਦੀ ਗੱਲ ਕਰੀਏ ਤਾਂ ਸਾਡੇ ਨਾਲ ਹਰ ਪਲ ਪਲ 'ਤੇ ਕ੍ਰਿਸ਼ਮਾ ਹੁੰਦਾ। ਬਟ ਮੇਰਾ ਇੱਕ ਸੁਪਨਾ ਸੀਗਾ ਬਾਹਰ ਜਾਣ ਦਾ, ਮੇਰੇ ਮਾਂ ਪਿਓ ਦਾ ਮੇਰਾ ਸੁਪਨਾ ਸੀਗਾ ਬਾਹਰ ਜਾਣ ਦਾ, ਤਾਂ ਮੈਂ ਇੱਥੇ ਆ ਕੇ ਅਰਦਾਸ ਕੀਤੀ, ਪਿਤਾ ਜੀ ਸਾਹਮਣੇ ਬੇਨਤੀ ਕੀਤੀ, ਤਾਂ ਉਸ ਤੋਂ ਬਾਅਦ ਹੀ ਮੇਰੀ ਬਹੁਤ ਵਧੀਆ ਮੈਰਿਜ ਹੋਈ ਹੈ, ਅਤੇ ਉਸ ਤੋਂ ਬਾਅਦ ਮੇਰੀ ਵਾਈਫ ਹੁਣ ਬਾਹਰ ਕੈਨੇਡਾ ਦੇ ਵਿੱਚ ਸੈਟਲ ਹੈ, ਅਤੇ ਮੇਰਾ ਇਹ ਬਾਹਰ ਜਾਣ ਦਾ ਸੁਪਨਾ ਪਿਤਾ ਜੀ ਨੇ ਜਲਦੀ ਤੋਂ ਜਲਦੀ ਪੂਰਾ ਕੀਤਾ। ਮੈਂ ਇਹੀ ਚਾਹੁੰਦੇ ਹਾਂ ਵੀ ਇਹ ਵੀ ਸਾਡਾ ਜਿਹੜਾ ਪਿਆਰ ਹੈ ਸਤਿਗੁਰ ਨਾਲ ਇਸੇ ਤਰ੍ਹਾਂ ਬਣਿਆ ਰਹੇ, ਅਤੇ ਮੇਰੇ ਮਾਂ ਪਿਓ ਨਾਲ ਮੇਰੇ ਸਾਰੇ ਪਰਿਵਾਰ ਦੇ ਪਿਤਾ ਜੀ ਮੇਰੇ ਪਰ ਹੱਥ ਰੱਖਣ। ਧੰਨ ਧੰਨ ਹਰੂ ਤਰੀਆ ਸਰ। ਤਾਂ ਦੋਸਤੋ, ਕਿਸ ਦੇਖ ਸਕਦੇ ਹੋ ਕਿ ਜਿਹੜੇ ਇੱਕ ਸ਼ਿਸ਼ ਦੀਆਂ ਖੁਆਇਸ਼ਾਂ ਨੇ, ਕਿਸ ਤਰ੍ਹਾਂ ਜਿਹੜਾ ਸਤਿਗੁਰ ਆ ਉਹ ਕਿਸੇ ਵੀ ਖੁਆਇਸ਼ ਨੂੰ, ਕਿਸੇ ਵੀ ਜਾਇਜ਼ ਮੰਗ ਨੂੰ ਅਣਸੁਣਿਆ ਨਹੀਂ ਕਰਦਾ, ਉਸ ਦੀ ਪੁਕਾਰ ਜ਼ਰੂਰ ਸੁਣਦਾ ਹੈ, ਅਤੇ ਉਸਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਦਾ। ਤੁਸੀਂ ਵੀ ਆਪਣੇ ਅਨੁਭਵ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਜੁੜੇ ਰਹੋ ਰਹਿਮਤ ਮੁਰਸ਼ਦ ਪ੍ਰੋਗਰਾਮ ਨਾਲ। ਧੰਨਵਾਦ।